ਰੰਗਲਾ ਪੰਜਾਬ ਵਾਸਤੇ ਹੈਲਥ ਉਹਨਾਂ ਦੀ ਟੌਪ ਪ੍ਰਾਇਰਟੀ ਆ ਔਰ ਉਹਦੇ ਵਿੱਚ ਜਿਹੜਾ ਉਹਨਾਂ ਨੇ ਆਮ ਆਦਮੀ ਕਲੀਨਿਕ ਜਿਹਨੂੰ ਅਸੀਂ ਮੁਹੱਲਾ ਕਲੀਨਿਕ ਵੀ ਕਹਿੰਦੇ ਹਾਂ ਉਹ ਪੰਜਾਬ ਦੇ ਵਿੱਚ 15 ਅਗਸਤ ਪਿਛਲੇ ਸਾਲ ਤੋਂ ਸ਼ੁਰੂ ਹੋਇਆ ਸੀ ਔਰ ਉਹਦੇ ਵਿੱਚ ਬਹੁਤ ਅੱਛਾ ਕੰਮ ਹੋਇਆ ਮਰੀਜ਼ਾਂ ਨੂੰ ਬਹੁਤ ਫਾਇਦਾ ਹੋਇਆ ਹੁਣ ਤੱਕ 78 ਲੱਖ ਲੋਕ ਉਹਦਾ ਫਾਇਦਾ ਉਠਾ ਚੁੱਕੇ ਆ ਔਰ ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਬਹੁਤ ਅੱਛੀ ਸਹੂਲਤ ਮਿਲਦੀ ਆ ਮੇਰੇ ਨਾਲ ਡਾਕਟਰ ਕਾਰਤਿਕ ਅਡੱਪਾ ਜਿਹੜੇ ਸਾਡੇ ਸੈਕਟਰੀ ਹੈਗੇ ਆ ਨਾਲ ਸਾਡੇ ਡਾਕਟਰ ਸੰਗੀਤਾ ਸਾਡੇ ਡਾਇਰੈਕਟਰ ਹੈਲਥ ਸਰਵਿਸਿਸ ਮੈਡਮ ਆਦਰਸ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਡਾਕਟਰ ਹਤਿੰਦਰ ਔਰ ਡਾਕਟਰ ਪਵਨਪ੍ਰੀਤ ਇਹ ਸਾਰੀ ਟੀਮ ਹੈ ਜੀ ਜਿਹੜੀ ਸਾਡੀ ਆਮ ਆਦਮੀ ਕਲੀਨਿਕ ਦੀ ਟੀਮ ਹੈ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਡਾਕਟਰ ਕਾਰਤਿਕ ਅਡੱਪਾ ਨੇ ਡਾਕਟਰ ਅਭਿਨਵ ਤਰੀਖਾ ਸਾਨੂੰ ਹੁਣੇ ਜੁਆਇਨ ਕਰਨਗੇ ਇਹਨਾਂ ਨੇ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਔਰ ਡਾਕਟਰ ਕਾਰਤਿਕ ਅਡੱਪਾ ਨੇ ਉਹਦਾ ਡਾਟਾ ਐਨਾਲਿਸਿਸ ਕੀਤਾ ਕਿਉਂਕਿ ਇਹ ਸਾਰਾ IT ਇਨੇਬਲਡ ਹੈ ਸਾਰਾ ਸਾਡਾ ਡਿਜੀਟਲ ਮਾਡਲ ਹੈ ਜਿਹੜਾ 100% ਡਿਜੀਟਲ ਮਾਡਲ ਹੈ ਉਹਦੇ 'ਚ ਰਜਿਸਟ੍ਰੇਸ਼ਨ ਤੋਂ ਲੈ ਕੇ ਡਾਕਟਰ ਦੀ ਕੰਸਲਟੇਸ਼ਨ ਟੈਸਟ ਔਰ ਜਿੰਨੇ ਵੀ ਉਹਦੀ ਫਾਰਮੇਸੀ ਹੈਗੀ ਆ ਸਾਰਾ ਡਿਜੀਟਾਈਜ਼ਡ ਹੈ ਔਰ ਉਹਦਾ ਇਹਨਾਂ ਨੇ ਐਨਾਲਿਸਿਸ ਕੀਤਾ ਔਰ ਉਹ ਇਹਨਾਂ ਨੇ ਜਿਹੜਾ ਸਾਰਾ ਉਹਦਾ ਡਾਟਾ ਸੀਗਾ ਉਹ ਇਹਨਾਂ ਨੇ ਜਿਹੜਾ ਗਲੋਬਲ ਹੈਲਥ ਚੇਨ ਸਬਮਿਟ ਹੋਇਆ ਨੈਰੋਬੀ ਜਿਹਦੇ ਵਿੱਚ 85 ਕੰਟਰੀਜ਼ ਨੇ ਪਾਰਟੀਸਪੇਟ ਕੀਤਾ ਉਹਦੇ ਵਿੱਚ ਇਹ 85 ਕੰਟਰੀਜ਼ ਦੇ ਵਿੱਚੋਂ ਜਿਹੜਾ ਲਾਸਟ ਮਾਈਲ ਅਵੇਲੇਬਿਲਿਟੀ ਆਫ ਡਰੱਗਸ ਹੈਗੀ ਆ ਪ੍ਰਾਇਮਰੀ ਹੈਲਥ ਕੇਅਰ ਦਾ ਜਿਹੜਾ ਇੱਕ ਬਹੁਤ ਅੱਛਾ ਮਾਡਲ ਹੈ ਉਹ ਜਿਹੜਾ ਪੰਜਾਬ ਦਾ ਮਾਡਲ ਸੀਗਾ ਉਹ ਬੈਸਟ ਡਿਕਲੇਅਰ ਹੋਇਆ ਬੈਸਟ ਐਡਜਸਟ ਹੋਇਆ ਉਹਨਾਂ ਨੂੰ ਫਸਟ ਪ੍ਰਾਈਜ਼ ਮਿਲਿਆ ਉਹਨਾਂ ਨੂੰ ਜਿਹੜਾ ਕਿ ਲਿਆਂਦਾ ਜੀ ਨਾਲ ਆਪਣਾ ਕਿੱਥੇ ਹੋ ਉਹਦੇ ਔਰ ਉਹਦੇ ਵਿੱਚ 85 ਕੰਟਰੀਜ਼ ਦੇ ਵਿੱਚੋਂ 40 ਕੰਟਰੀਜ਼ ਨੇ ਇਹ ਹੈਗਾ ਜੀ ਜਿਹੜਾ ਜਿਹੜੀ ਸਾਨੂੰ ਰੈਕੋਗਨੀਸ਼ਨ ਮਿਲੀ ਹੈ ਜੀ ਇਹ ਪੰਜਾਬ ਦੀ ਕੇਸ ਸਟੱਡੀ ਸੀ ਜੀ ਬਟ ਕਿਉਂਕਿ ਜਦੋਂ ਕਿਤੇ ਬਾਹਰ ਜਾਂਦੇ ਹਾਂ ਜੀ ਅਸੀਂ ਪ੍ਰਜੈਂਟ ਤਾਂ ਆਪਣੇ ਰੀਪ੍ਰਜੈਂਟ ਤਾਂ ਆਪਣੇ ਕੰਟਰੀ ਨੂੰ ਕਰਦੇ ਹਾਂ ਔਰ ਇੰਡੀਆ ਦੇ ਵਿੱਚੋਂ ਸਿਰਫ ਇੱਕ ਹੀ ਇਹ ਵਾਲੀ ਸਟੱਡੀ ਸੀ ਜਿਹੜੀ ਉੱਥੇ ਪ੍ਰਜੈਂਟ ਕੀਤੀ ਗਈ ਹੈ ਸੋ ਇਹ ਦੇਸ਼ ਵਾਸਤੇ ਮਾਣ ਦੀ ਗੱਲ ਹੈ ਜੀ ਅਸੀਂ ਇੰਡੀਆ ਨੂੰ ਹੀ ਰਿਪ੍ਰਜੈਂਟ ਕਰਦੇ ਹਾਂ ਔਰ ਜਿਹੜਾ ਮਾਨ ਸਾਹਿਬ ਨੇ ਹੈਗਾ ਉਹ ਪੰਜਾਬ ਦੇ ਨਾਲ ਨਾਲ ਦੇਸ਼ ਦਾ ਮਾਨ ਵਧਾਇਆ ਹੈਗਾ ਔਰ ਇਹ ਸਾਡਾ ਵੈਸੇ ਸਾਡਾ ਜਿਹੜਾ ਦਿੱਲੀ ਦਾ ਮਾਡਲ ਹੈ ਮੁਹੱਲਾ ਕਲੀਨਿਕ ਉਸ ਤੋਂ ਇੰਸਪਾਇਰਡ ਸੀਗਾ ਇਹ ਸੋ ਮੈਂ ਕਹੂੰਗਾ ਇੰਨੇ ਵੇ ਇਹ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਜੋ ਸੋਚ ਹੈ ਜਿਸ ਤਰ੍ਹਾਂ ਦਿੱਲੀ ਤੋਂ ਇਹ ਮਾਡਲ ਸ਼ੁਰੂ ਹੋਇਆ ਸੀਗਾ ਔਰ ਪੰਜਾਬ ਦੇ ਵਿੱਚ ਫਲਰਿਸ਼ ਕੀਤਾ ਹੈਗਾ ਉਹਦੀ ਇੱਕ ਇੰਟਰਨੈਸ਼ਨਲ ਰੈਕੋਗਨੀਸ਼ਨ ਹੈ ਔਰ 40 ਕੰਟਰੀਜ਼ ਤੋਂ ਡੈਲੀਗੇਟਸ ਆਣਗੇ ਪੰਜਾਬ ਦੇ ਵਿੱਚ ਇਹ ਮਾਡਲ ਦੇਖਣ ਵਾਸਤੇ ਔਰ ਉਹਨਾਂ ਦੇ ਆਪਣੇ ਆਪਣੇ ਦੇਸ਼ ਦੇ ਵਿੱਚ ਲਾਗੂ ਕਰਨ ਵਾਸਤੇ ਤਾਂ ਕਿ ਜਿਹੜਾ ਲਾਸਟ ਮੈਨ ਇਨ ਦਾ ਰੋ ਹੈਗਾ ਜਿੱਥੇ ਅੱਜ ਕੱਲ੍ਹ ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਉੱਥੇ ਵੀ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਇਮਰੀ ਕੇਅਰ ਕਿਉਂਕਿ ਜੇ ਮੈਂ ਗੱਲ ਕਰਾਂ ਪ੍ਰਾਇਮਰੀ ਕੇਅਰ ਦੀ ਤਾਂ ਜਿਹੜੇ 85% ਲੋਕ ਹੈ 80 ਤੋਂ 85% ਲੋਕ ਹੈ ਉਹਨਾਂ ਦਾ ਜਿਹੜਾ ਸੰਬੰਧ ਹੁੰਦਾ ਉਹ ਪ੍ਰਾਇਮਰੀ ਕੇਅਰ ਨਾਲ ਹੁੰਦਾ ਉਸ ਤੋਂ ਬਾਅਦ ਸਾਡੇ ਜਿਹੜਾ ਹੁਣ ਜਿਹੜਾ ਸੈਕਿੰਡ ਸਟੈਪ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੋ ਕੀਤਾ ਉਹ ਡਿਸਟ੍ਰਿਕਟ ਹਸਪੀਟਲ ਸਬ ਡਿਵੀਜ਼ਨ ਹਸਪੀਟਲ ਔਰ ਜਿਹੜੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਹੈ ਜਿਹੜੀ ਸੈਕੰਡਰੀ ਕੇਅਰ ਹੈ ਜਿਹਦੇ ਵਿੱਚ ਸਰਜਰੀਜ਼ ਵੀ ਅਵੇਲੇਬਲ ਹੋਣਗੀਆਂ ਜਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਸਾਰੀਆਂ ਦਵਾਈਆਂ ਹਸਪਤਾਲਾਂ ਵਿੱਚੋਂ ਮਿਲਣਗੀਆਂ ਉਹਦੀ ਕੱਲ੍ਹ ਮੀਟਿੰਗ ਹੋ ਗਈ ਹੈ ਉਹਦੇ ਵਾਸਤੇ ਬਜਟ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਦੇ ਦਿੱਤਾ ਔਰ ਉਹ ਸਾਰੀਆਂ ਮੈਡੀਸਨ ਪਰਚੇਜ਼ ਕਰਕੇ ਪੇਸ਼ੈਂਟ ਨੂੰ ਦਵਾਈ ਲੈਣ ਲਈ ਹਸਪਤਾਲ ਤੋਂ ਬਾਹਰ ਨਹੀਂ ਭੇਜਿਆ ਜਾਏਗਾ ਕਿਸੇ ਵੀ ਦਵਾਈ ਲੈਣ ਵਾਸਤੇ ਔਰ ਸਾਰੇ ਜਿੰਨੇ ਸਾਡੇ ਕਮਿਊਨਿਟੀ ਹੈਲਥ ਸੈਂਟਰ ਤੱਕ ਉੱਥੇ ਐਕਸਰੇ ਵੀ ਹੋਣਗੇ ਅਲਟਰਾਸਾਊਂਡ ਵੀ ਹੋਣਗੇ ਔਰ ਬਾਕੀ ਦੇ ਜਿਹੜੇ ਰੂਟੀਨ ਟੈਸਟ ਹੈ ਉਹ ਤਾਂ ਆਲਰੇਡੀ ਹੋ ਰਹੇ ਆ ਇਸ ਤੋਂ ਸਿਵਾਏ ਅਸੀਂ ਆਲਰੇਡੀ ਜਿਹੜੇ ਸਾਡੇ 3 ਮੈਡੀਕਲ ਕਾਲਜ ਹੈ ਉਹਨਾਂ ਦੇ ਵਿੱਚ ਅਸੀਂ ਨਿਊਰੋ ਸਰਜਰੀ ਸਾਡੇ ਸ਼ੁਰੂ ਹੋ ਗਈ ਆ ਸੁਪਰ ਸਪੈਸ਼ਲਟੀ ਸਰਵਿਸਿਸ ਸਾਡੀਆਂ ਜਿਹੜੀਆਂ ਹੈਗੀਆਂ ਉਹ ਮੈਡੀਕਲ ਕਾਲਜ ਵਿੱਚ ਸ਼ੁਰੂ ਹੋ ਗਈਆਂ ਸੋ ਜਿਹੜੀ ਪ੍ਰਾਇਮਰੀ ਕੇਅਰ ਹੈ ਇਹ ਸਭ ਤੋਂ ਇੰਪੋਰਟੈਂਟ ਹੁੰਦੀ ਆ ਫਰੋਮ ਦਾ ਹੈਲਥ ਪੁਆਇੰਟ ਆਫ ਵਿਊ ਫੋਰ ਦਾ ਸੋਸਾਇਟੀ ਕਿਉਂਕਿ ਜਿਹੜੀ ਅਰਲੀ ਡਿਟੈਕਸ਼ਨ ਆਫ ਡਿਜੀਜ਼ ਹੈ ਚਾਹੇ ਹਾਈਪਰਟੈਂਸ਼ਨ ਹੈ ਡਾਇਬਟੀਜ਼ ਹੈ ਔਰ ਇਹਦੇ ਵਾਸਤੇ ਬਹੁਤ ਅੱਛਾ ਡਾਟਾ ਡਾਕਟਰ ਕਾਰਤਿਕ ਨੇ ਜਿਹੜਾ ਹੈਗਾ ਉਹ ਐਨਾਲਾਈਜ਼ ਕੀਤਾ ਕਿ ਸਾਨੂੰ ਪਤਾ ਲੱਗ ਜਾਂਦਾ ਇਹਦੇ ਨਾਲ ਸਾਡੇ ਜਦੋਂ ਫਲੱਡਸ ਵੀ ਆਏ ਆ ਫੀਵਰ ਦੇ ਕੇਸਿਸ ਕਿੱਥੇ ਆ ਰਹੇ ਆ ਡੇਂਗੂ ਦੇ ਕੇਸਿਸ ਕਿੱਥੇ ਆ ਰਹੇ ਆ ਲੋਕਾਂ ਦੇ ਗੁਰਦੇ ਫੇਲ ਹੋ ਰਹੇ ਆ ਅਤੇ ਹਾਈਪਰਟੈਂਸ਼ਨ ਡਾਇਬਟੀਜ਼ ਦੇ ਪੇਸ਼ੈਂਟਸ ਜ਼ਿਆਦਾ ਕਿੱਥੇ ਆ ਕੈਂਸਰ ਦੀ ਬਿਮਾਰੀ ਕਿੱਥੇ ਆ ਸਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲਦੀ ਆ ਬੱਚਿਆਂ ਦੇ ਵਿੱਚ ਓਪਰਚੁਨਿਸਟਿਕ ਸਕਰੀਨਿੰਗ ਕਿ ਜਿਹੜਾ ਬੱਚਾ ਆਇਆ ਉਹਦੀ ਨਜ਼ਰ ਟੈਸਟ ਕਰ ਲਈ ਜਾਂ ਜਿਹੜੇ 2 ਇੰਪੋਰਟੈਂਟ ਪੈਰਾਮੀਟਰ ਹੁੰਦੇ ਆ ਜਿਹਨੂੰ ਅਸੀਂ ਵੇਸਟਿੰਗ ਅਤੇ ਸਟੰਟਿੰਗ ਕਹਿੰਦੇ ਹਾਂ ਕਿ ਬੱਚੇ ਦੀ ਗਰੋਥ ਠੀਕ ਨਹੀਂ ਹੋ ਰਹੀ ਬੱਚੇ ਦਾ ਵੇਟ ਘੱਟ ਹੈ ਉਹਦੇ ਵਿੱਚ ਜਿਹੜੇ ਬੱਚਿਆਂ ਦੇ ਜਿਹੜੇ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਤੁਹਾਡੇ ਕੋਈ ਬੱਚਿਆਂ ਦੀ ਜਿਹੜੀ ਹੈਲਥ ਇੰਪੋਰਟੈਂਟ ਹੈ ਸੋ ਇਸ ਤਰ੍ਹਾਂ ਦਾ ਡਾਟਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਜ਼ਿਆਦਾ ਉਹਨੂੰ ਉਹਦਾ ਸੌਫਟਵੇਅਰ ਡਿਵੈਲਪ ਕਰ ਰਹੇ ਹਾਂ ਔਰ ਉਹਦੇ 'ਚ ਸਾਡੇ ਕੁਛ ਆਮ ਆਦਮੀ ਕਲੀਨਿਕ ਦੇ ਵਿੱਚ ਰਸ਼ ਬਹੁਤ ਜ਼ਿਆਦਾ ਹੈਗਾ
ਉਹ ਕਈ ਵਾਰੀ ਜਿਹੜਾ ਹੈਗਾ ਮੀਡੀਆ ਵੱਲੋਂ ਵੀ ਨਾ ਉਹਦੇ 'ਚ ਵਿਦਾਊਟ ਐਪਲੀਕੇਸ਼ਨ ਆਫ ਮਾਈਂਡ, ਸਗੋਂ ਮੈਂ ਤੁਹਾਨੂੰ ਕਹੂੰਗਾ ਵੀ ਕਿ ਸਾਡੇ ਨਾਲ ਇੱਕ ਵਾਰੀ ਨਾ ਮੇਰੇ ਨਾਲ ਘੱਟੋ ਘੱਟ ਜਾਂ ਸਾਡੇ ਐਡਮਿਨਿਸਟ੍ਰੇਟਿਵ ਸੈਕਟਰੀ ਨਾਲ ਜਾਂ DHS ਨਾਲ ਗੱਲ ਕਰ ਲਿਆ ਕਰੋ, ਕਿਉਂਕਿ ਇਹਦੇ ਵਿੱਚ ਪੇਸ਼ੈਂਟਸ ਆ ਹੀ ਬਹੁਤ ਰਹੇ ਆ। ਮੈਡਮ ਲੁਧਿਆਣੇ ਦੇ ਸਿਵਲ ਸਰਜਨ ਵੀ ਆ, ਸਟਿਲ ਸ਼ੀ ਇਜ਼ ਹੋਲਡਿੰਗ ਦਾ ਚਾਰਜ। ਉੱਥੇ ਕਈ ਇਸ ਤਰ੍ਹਾਂ ਦੇ ਸਾਡੇ ਆਮ ਆਦਮੀ ਕਲੀਨਿਕ ਹੈਗੇ ਆ ਜਿਨ੍ਹਾਂ ਵਿੱਚ 100 ਤੋਂ ਵੱਧ ਪੇਸ਼ੈਂਟਸ ਆਉਂਦੇ ਆ, ਔਰ 664 ਦੇ ਵਿੱਚੋਂ 64 ਆਮ ਆਦਮੀ ਕਲੀਨਿਕ ਸਾਡੇ ਅਸੀਂ ਸ਼ਾਰਟਲਿਸਟ ਕੀਤੇ ਆ ਜਿੱਥੇ 100 ਤੋਂ ਵੱਧ ਪੇਸ਼ੈਂਟਸ ਆ ਰਹੇ ਆ। ਉੱਥੇ ਅਸੀਂ ਸੋਚ ਰਹੇ ਹਾਂ ਵੀ ਉਹਨਾਂ ਦੀ ਜਾਂ ਤਾਂ ਡਬਲ ਸ਼ਿਫਟ ਕੀਤੀ ਜਾਵੇ ਜਾਂ ਉਹਦਾ ਲੋਡ ਘੱਟ ਕਰਨ ਵਾਸਤੇ ਆਪਾਂ ਕੋਈ ਹੋਰ ਉੱਥੇ ਆਮ ਆਦਮੀ ਕਲੀਨਿਕ ਅਡੀਸ਼ਨਲ ਖੋਲਿਆ ਜਾਵੇ, ਉਹਦੇ 'ਤੇ ਵੀ ਅਸੀਂ ਵਿਚਾਰ ਕਰ ਰਹੇ ਹਾਂ। ਉਹਦੇ ਨਾਲ ਇਹਦਾ ਪੋਜ਼ਿਟਿਵ ਇੰਪੈਕਟ ਕੀ ਹੋਇਆ ਕਿ ਜਿਹੜਾ ਗਰੀਬ ਬੰਦਾ ਸੀ ਜਦੋਂ ਉਹ ਬਿਮਾਰ ਹੁੰਦਾ ਸੀ, ਉਹ ਅਗਲਾ ਸੋਚਦਾ ਸੀਗਾ ਕਿ ਮੈਂ ਹੁਣ ਦਵਾਈ ਲੈਣ ਜਾਊਂਗਾ, ਪਹਿਲਾਂ ਮੈਂ ਡਾਕਟਰ ਕੋਲ ਜਾਊਂਗਾ, ਉਹਦੀ ਫੀਸ ਦੇਊਂਗਾ, ਫਿਰ ਮੈਂ ਟੈਸਟ ਕਰਾਊਂਗਾ, ਫਿਰ ਮੈਂ ਦਵਾਈ ਲਊਂਗਾ, ਮੇਰਾ 500-600 ਰੁਪਏ ਖਰਚ ਹੋ ਜਾਏਗਾ। ਉਹ ਕਈ ਵਾਰੀ ਦਵਾਈ ਲੈਣ ਨਹੀਂ ਜਾਂਦੇ ਸੀ ਬਾਬੂ, ਉਹਦਾ ਰਿਜ਼ਲਟ ਇਹ ਹੁੰਦਾ ਸੀਗਾ ਕਿ ਜਦੋਂ ਬਿਮਾਰੀ ਬਹੁਤ ਵੱਧ ਜਾਂਦੀ ਸੀ ਤਾਂ ਉਹ ਜਾਂਦੇ ਸੀ। ਔਰ ਇਹ ਵੈਸੇ ਏਮਸ ਦੀ ਇੱਕ ਬਹੁਤ ਅੱਛੀ ਸਟੱਡੀ ਹੈਗੀ ਆ ਕਿ ਜਿਹੜੇ ਮੈਜੋਰਟੀ ਬੰਦੇ ਆ ਦੇ ਸਲਿਪ ਬਿਲੋ ਦਾ ਪਾਵਰਟੀ ਲਾਈਨ ਬਿਕਾਜ਼ ਆਫ ਆਊਟ ਆਫ ਪਾਕਟ ਐਕਸਪੈਂਸਿਸ ਔਨ ਹੈਲਥ। ਉਹਨਾਂ ਦਾ ਸਿਹਤ ਦੇ ਉੱਤੇ ਖਰਚ ਹੁੰਦਾ, ਜਿਹੜਾ ਕੋਈ ਬੰਦਾ ਵਿਚਾਰਾ ਕੋਈ ਗਰੀਬ ਆਦਮੀ ਆ ਜਿਹਦੇ ਕੋਲ ਪੈਸੇ ਨਹੀਂ ਹੈ, ਜੇ ਉਹ ਬਿਮਾਰ ਹੋ ਜਾਏ, ਉਹਨੂੰ ਕੋਈ ਬਿਮਾਰੀ ਹੋ ਜਾਏ, ਉਹਨੂੰ ਕਰੋਨਿਕ ਬਿਮਾਰੀ ਹੋ ਜਾਏ। ਮੈਂ ਆਪ ਬਹੁਤ ਸਾਰੇ ਆਮ ਆਦਮੀ ਕਲੀਨਿਕ 'ਚ ਗਿਆ ਜਿਹਨਾਂ ਨੂੰ ਡਾਇਬਟੀਜ਼ ਸੀ ਅਤੇ ਉਹ ਸਾਰੇ ਟੈਸਟ ਕਰਾ ਰਹੇ ਸੀ। ਮੈਂ ਕਿਹਾ ਜੀ ਤੁਸੀਂ ਪਹਿਲਾਂ ਕਰਾਉਂਦੇ ਸੀ? ਕਹਿੰਦੇ ਜੀ ਇਕੱਲੀ ਸ਼ੂਗਰ ਦੇ ਕਰਾਉਂਦੇ ਸੀ, ਬਹੁਤ ਮਹਿੰਗਾ ਪੈਂਦਾ। ਇੱਕ ਵਾਰੀ ਟੈਸਟ ਕਰਾਉਣ ਜਾਂਦੇ ਸੀ 250-300 ਰੁਪਇਆ ਲੱਗ ਜਾਂਦਾ ਸੀਗਾ, ਹੁਣ ਅਸੀਂ ਸਾਰੇ ਟੈਸਟ ਕਰਾਉਂਦੇ ਹਾਂ ਔਰ ਲਗਾਤਾਰ ਦਵਾਈ ਲੈਂਦੇ ਹਾਂ, ਸ਼ੂਗਰ ਕੰਟਰੋਲ ਹੋ ਗਿਆ ਲੋਕਾਂ ਦੇ, ਹੌਲੀ ਹੌਲੀ ਗੁਰਦੇ ਫੇਲ ਹੋਣੇ ਘੱਟ ਜਾਣਗੇ, ਬੰਦ ਹੋ ਜਾਣਗੇ ਜੀ। ਇਸੇ ਤਰ੍ਹਾਂ ਜਿਹੜਾ ਹਾਈਪਰਟੈਂਸ਼ਨ ਔਰ ਡਾਇਬਟੀਜ਼ ਦੋ ਰੀਜ਼ਨ ਹੈ ਜੀ ਗੁਰਦੇ ਫੇਲ ਹੋਣ ਦੇ ਪੰਜਾਬ ਦੇ ਵਿੱਚ, ਜੇ ਦੋਨਾਂ ਬਿਮਾਰੀਆਂ ਦਾ ਇਲਾਜ ਆਮ ਆਦਮੀ ਕਲੀਨਿਕ ਸ਼ੁਰੂ ਹੋ ਗਿਆ, ਜੋ ਹੋਣਾ ਸ਼ੁਰੂ ਹੋ ਗਿਆ, ਔਰ ਆਉਣ ਵਾਲੇ ਸਮੇਂ ਦੇ ਵਿੱਚ 100 ਕਲੀਨਿਕ ਸਾਡੇ ਹੋਰ ਰੈਡੀ ਹੈ ਜੀ, ਖੋਲ੍ਹਣ ਜਾ ਰਹੇ ਹਾਂ ਅਸੀਂ। ਕੰਢੀ ਏਰੀਏ ਦੀ ਜ਼ਿਆਦਾ ਦਿੱਕਤ ਸੀ ਜੀ, ਪਠਾਨਕੋਟ, ਗੁਰਦਾਸਪੁਰ ਔਰ ਹੁਸ਼ਿਆਰਪੁਰ ਦੇ ਵਿੱਚ, ਉਹਦੇ ਮੁੱਖ ਮੰਤਰੀ ਸਾਹਿਬ ਨੇ 70 ਕਲੀਨਿਕ ਸਾਨੂੰ ਐਕਸਟਰਾ ਹੋਰ ਦੇ ਦਿੱਤੇ। ਪਹਿਲਾਂ 100 ਰੈਡੀ ਆ ਜੀ, 70 ਉਹ ਖੋਲ੍ਹਣਗੇ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਔਰ ਡਿਸਟ੍ਰਿਕਟ ਹੋਸਪਿਟਲ, ਸਾਰੇ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਐਕਸਰੇ, ਔਰ ਅਸੀਂ ਪਟਿਆਲੇ ਤੋਂ ਸ਼ੁਰੂਆਤ ਕਰ ਦਿੱਤੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ, ਔਰ ਇਹਨਾਂ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ, ਕਿਸੇ ਨੂੰ ICU ਬੈੱਡ ਚਾਹੀਦਾ, ਕਿਸੇ ਨੂੰ ਕੋਈ ਵੈਂਟੀਲੇਟਰ ਚਾਹੀਦਾ, ਉਹ ਪਹਿਲਾਂ ਕੀ ਸੀਗਾ ਕਿ ਕਿਸੇ ਵੀ ਡਿਸਟ੍ਰਿਕਟ ਹੋਸਪਿਟਲ 'ਚ ਨਹੀਂ ਸੀਗਾ। ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਸਾਰੇ ਡਿਸਟ੍ਰਿਕਟ ਹੋਸਪਿਟਲ ਦੇ ਵਿੱਚ ਐਕਸਰੇ ਵੀ ਹੋਏਗਾ, ਅਲਟਰਾਸਾਊਂਡ ਵੀ ਹੋਏਗਾ, ਔਰ ਉਹਦੇ 'ਚ ਇੰਟੈਂਸਿਵ ਕੇਅਰ ਯੂਨਿਟ ਵੀ ਹੋਏਗਾ ਜਿਹਦੇ 'ਚ ਵੈਂਟੀਲੇਟਰ ਵੀ ਹੋਏਗਾ। ਕਈ ਵਾਰੀ ਪੇਸ਼ੈਂਟ ਨੂੰ PGI ਤੋਂ ਰੈਫਰ ਕਰ ਦਿੰਦੇ ਕਿ ਇਹਦੇ ਹੁਣ ਹੈਮਰੇਜ ਹੋ ਗਈ ਆ ਜੀ, ਇਹਨੂੰ 2 ਜਾਂ 3 ਮਹੀਨੇ ਰੱਖਣਾ ਤੁਸੀਂ ਵੈਂਟੀਲੇਟਰ 'ਤੇ। ਪ੍ਰਾਈਵੇਟ ਹੋਸਪਿਟਲ ਦੇ ਵਿੱਚ ਚੰਗੇ ਭਲੇ ਬੰਦੇ, ਆਪਣੇ ਵਰਗੇ ਬੰਦੇ ਵੀ ਅਫੋਰਡ ਨਹੀਂ ਕਰ ਸਕਦੇ ਸੀ। ਸੋ ਇਹ ਜਿਹੜੀ ਖੁਸ਼ਖਬਰੀ ਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ ਜੀ, ਸਾਡੇ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਸੀਗਾ ਪੰਜਾਬ ਦੇ ਲੋਕਾਂ ਵਾਸਤੇ, ਉਹਦੀ ਇੰਟਰਨੈਸ਼ਨਲ ਰੈਕੋਗਨੀਸ਼ਨ ਹੋਈ ਹੈ ਜੀ, ਅਤੇ ਅਸੀਂ ਜਿਹੜਾ ਹੈਗਾ ਮੈਂ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਸਮੂਹ ਪੰਜਾਬੀਆਂ ਨੂੰ ਔਰ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਇਹਦੀ ਬਹੁਤ ਬਹੁਤ ਵਧਾਈ ਦਿੰਦਾ ਜੀ, ਆਪਣੇ ਵੱਲੋਂ ਵੀ ਔਰ ਮੁੱਖ ਮੰਤਰੀ ਸਾਹਿਬ।